ਰੀਅਲ ਲਾਈਫ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨਾਂ ਰਿਸ਼ਤੇ ਨੂੰ ਸੰਭਾਲਣਾ, ਲੇਕਿਨ ਰੀਅਲ ਲਾਈਫ ਦੇ ਵਿੱਚ ਕਲਾਕਾਰਾਂ ਦੀ ਕਲਾਕਾਰੀ ਨਾਲ ਜਿਹੜੇ ਰਿਸ਼ਤੇ ਉਹਨਾਂ ਨੂੰ ਸੁਧਾਰਨ ਦਾ ਮੌਕਾ ਮਿਲਦਾ ਹੈ। ਤੁਸੀਂ ਕਿਹਾ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਕਲਾਕਾਰ ਵੀ ਤੁਹਾਡੇ ਨਾਲ ਹਿੱਸਾ ਲੈ ਰਹੇ ਨੇ, ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕੀਤਾ ਸਾਰਾ? ਕਿਉਂਕਿ ਅਗਰ ਗੱਲ ਕਰੀਏ ਗਰਾਊਂਡ ਰਿਐਲਿਟੀ ਦੀ, ਤਾਂ ਗਰਾਊਂਡ 'ਤੇ ਇੰਡੀਆ ਪਾਕਿਸਤਾਨ ਹਮੇਸ਼ਾ ਇੱਕ ਰਿਵਾਈਵਲ ਰਹਿੰਦੇ ਨੇ, ਲੇਕਿਨ ਜਦੋਂ ਕਰੈਕਟਰਸ ਆਪਸ ਦੇ ਵਿੱਚ, ਕਲਾਕਾਰ ਆਪਸ ਦੇ ਵਿੱਚ ਕੰਮ ਕਰਦੇ, ਤਾਂ ਦੇਸ਼ਾਂ ਦਾ ਜਿਹੜਾ ਰੋਕ ਹੈਗੀ, ਬਾਰਡਰਸ ਹੈਗੇ, ਉਹ ਖਤਮ ਹੋ ਜਾਂਦੇ। ਉਹ ਤੁਸੀਂ ਕਿਸ ਤਰੀਕੇ ਨਾਲ? ਹਾਂਜੀ, ਆਈ ਸਟਰੋਂਗਲੀ ਬਿਲੀਵ, ਮੇਰਾ ਮੰਨਣਾ ਵੀ ਇਹ ਜਿਹੜੀ ਰੋਕ ਆਪਾਂ ਲਾਉਂਦੇ ਹਾਂ ਜਾਂ ਆਪਾਂ ਜਿਹੜਾ ਕਹਿੰਦੇ ਹਾਂ ਵੀ ਰਾਈਵਲਰੀ ਆ ਜਾਂ ਕੁਛ ਵੀ ਆ, ਮੈਨੂੰ ਨਹੀਂ ਲੱਗਦਾ ਆਪਣੇ ਆਪ 'ਚ ਲੋਕਾਂ 'ਚ ਹੈਗੀ ਆ। ਜੇ ਤੁਸੀਂ ਕੱਲ੍ਹ ਨੂੰ ਕਿਸੇ ਪਾਕਿਸਤਾਨੀ ਨੂੰ ਮਿਲੋਗੇ, ਮੈਨੂੰ ਨਹੀਂ ਲੱਗਦਾ ਤੁਸੀਂ ਇੱਦਾਂ ਕਹੋਗੇ ਮੇਰੇ ਕੋਲ ਨਾ ਆਏ, ਆਪ ਦੂਰ ਭੱਜ ਜਾਇਆ। ਨਹੀਂ, ਆਪਣੇ ਲੋਕਾਂ 'ਚ ਨਹੀਂ, ਇਹ ਸਾਰੇ ਇਹ ਪੋਲੀਟਿਕਸ ਤੱਕ ਹੀ ਸੀਮਿਤ ਆ। ਆਈ ਥਿੰਕ ਇਹ ਉਹਨਾਂ ਦਾ ਹੀ ਆਪਣੀ ਦੁਨੀਆ, ਉਹਨਾਂ ਦਾ ਬਣਾਇਆ ਹੋਇਆ, ਚਲੋ ਵਟਸ ਐਵਰ ਰੀਜ਼ਨਸ, ਆਪਾਂ ਨਹੀਂ ਜਾਂਦੇ ਉੱਧਰ ਕਿ ਉਹਨਾਂ ਦਾ, ਪਰ ਆਪਾਂ ਤਾਂ ਕਦੀ ਅਲੱਗ ਹੋਏ ਹੀ ਨਹੀਂ ਮੈਨੂੰ ਲੱਗਦਾ। ਉਹਨਾਂ ਨੇ ਹੀ ਲਾਈਨ ਖਿੱਚੀ, ਉਹਨਾਂ ਦਾ ਹੀ ਸਾਰਾ ਕੁਛ ਆ, ਗਵਰਨਮੈਂਟ ਇਜ਼ ਡੂਇੰਗ ਐਵਰੀਥਿੰਗ, ਪਰ ਮੈਨੂੰ ਨਹੀਂ ਲੱਗਦਾ ਆਪਾਂ ਦਿਲੋਂ ਵੱਖਰੇ ਹੋਏ ਹਾਂ। ਆਈ ਡੋਂਟ ਥਿੰਕ ਸੋ। ਮੈਂ ਜਦ ਵੀ, ਮੇਰੇ ਪਾਕਿਸਤਾਨੀ ਬਹੁਤ ਸਾਰੇ ਫਰੈਂਡਸ ਨੇ ਕੈਨੇਡਾ ਜਿਹੜੇ ਰਹਿੰਦੇ ਨੇ, ਔਰ ਇਸ ਮੂਵੀ ਤੋਂ ਬਹੁਤ ਦੇਰ ਪਹਿਲਾਂ ਦੇ ਨੇ, ਇੰਨੇ ਸਾਲਾਂ ਦੇ ਨੇ, ਮੈਂ ਉਹਨਾਂ ਨਾਲ ਉੱਠਦੀ ਬਹਿੰਦੀ ਹਾਂ, ਕੰਮ ਕਰਦੀ ਹਾਂ, ਮੈਂ ਉਹਨਾਂ ਦੇ ਘਰ ਜਾਂਦੀ ਹਾਂ, ਅੰਕਲ ਆਂਟੀ, ਉਹਨਾਂ ਦੇ ਭਰਾ ਭੈਣ, ਵੰਡਰਫੁਲ ਪੀਪਲ, ਔਰ ਬਿਲਕੁਲ ਸਾਡੇ ਵਰਗੇ ਨੇ, ਕੋਈ ਫਰਕ ਹੈ ਹੀ ਨਹੀਂ। ਮੈਨੂੰ ਨਹੀਂ ਲੱਗਦਾ ਆਪਾਂ ਕਦੀ ਫਰਕ ਮੰਨਿਆ, ਨੋਰਮਲ ਲੋਕਾਂ ਨੇ ਕਦੀ ਫਰਕ ਮੰਨਿਆ, ਮੈਨੂੰ ਨਹੀਂ ਲੱਗਦਾ। ਤਾਂ ਪ੍ਰੋਬਲਮ ਤਾਂ ਕਦੀ ਆਈ ਨਹੀਂ, ਪ੍ਰੋਬਲਮ ਸੋਲਵ ਕਰਨ ਦੀ ਤਾਂ ਗੱਲ ਬਾਅਦ 'ਚੋਂ ਆਉਂਦੀ ਆ, ਮਤਲਬ ਆਪਾਂ ਕੋਪ ਅਪ ਤਾਂ ਕਰਨਾ ਪਿਆ ਹੀ ਨਹੀਂ। ਸਾਡੇ ਲਈ ਤਾਂ ਆਰਟਿਸਟ ਸੀ ਅਤੇ ਆਪਣੇ ਵਰਗੇ ਲੋਕ ਸੀ, ਆਪਣੀ ਭਾਸ਼ਾ ਸੀ। ਉਹੀ ਕਹਿ ਰਹੇ ਨਾ ਕਿ ਆਰਟਿਸਟ ਦੇ ਵਿੱਚ ਤਾਂ ਇਹ ਚੀਜ਼ਾਂ ਰੋਕ ਟੋਕ ਹੁੰਦੀਆਂ ਨਹੀਂ ਹੈ, ਲੇਕਿਨ ਰੋਕ ਟੋਕ ਬਣਾ ਦਿੱਤੀ ਜਾਂਦੀ ਹੈ, ਉਹ ਭਾਵੇਂ ਉਹ ਦਰਸ਼ਕਾਂ ਦੇ ਵਿੱਚ ਹੈਗੇ, ਭਾਵੇਂ ਆਮ ਪਬਲਿਕ ਦੇ ਵਿੱਚ, ਕਿਉਂਕਿ ਜਿਹੜੀ ਪਰਸੈਪਸ਼ਨ ਇਹ ਹੈ ਕਿ ਇੰਡੀਆ ਪਾਕਿਸਤਾਨ ਕਦੀ ਦੋਸਤ ਨਹੀਂ ਹੋ ਸਕਦੇ, ਲੇਕਿਨ ਕਲਾਕਾਰ ਇੱਕ ਇਸ ਤਰ੍ਹਾਂ ਦਾ ਹੈਗਾ ਜਿਹੜਾ ਇੱਕ ਪਲੇਟਫਾਰਮ ਕਿ ਦੋਨਾਂ ਨੂੰ ਇਕੱਠੇ ਕਰ ਸਕਦਾ। ਤੁਸੀਂ ਉਹਦੇ ਵਿੱਚ ਕਦੀ ਦੇਖਿਆ ਕਿ ਤੁਸੀਂ ਹੁਣ ਜਦੋਂ ਕੰਮ ਕੀਤਾ ਪਾਕਿਸਤਾਨੀ ਕਲਾਕਾਰਾਂ ਨਾਲ, ਕੁਛ ਤੁਹਾਨੂੰ ਵੱਖਰਾ ਲੱਗਿਆ ਕਿ ਇਹਨਾਂ ਨਾਲ ਅਸੀਂ ਕੰਮ ਕਰ ਸਕਦੇ ਨਹੀਂ ਕਰ ਸਕਦੇ? ਬਿਲਕੁਲ ਕਰ ਸਕਦੇ ਹਾਂ, ਬਿਲਕੁਲ। ਮੈਂ ਉਹੀ ਕਹਿਣਾ ਚਾਹ ਰਹੀ ਸੀ ਕਿ ਚਲੋ ਆਰਟਿਸਟ ਤਾਂ ਆਪਾਂ ਨਾਮ ਦੇ ਤਾ ਆਪਣੇ ਆਪ ਨੂੰ ਅਤੇ ਉਹਨਾਂ ਨੂੰ, ਪਰ ਮੈਂ ਕਹਿ ਰਹੀ ਹਾਂ ਜੇ ਆਪਾਂ ਮੂਵੀ ਤੋਂ ਵੱਖ ਵੀ ਕਿਤੇ ਮਿਲੀਏ, ਉਹ ਚੀਜ਼ ਨਹੀਂ ਆ। ਵੈਸੇ ਵੀ ਲੋਕਾਂ ਵਾਸਤੇ ਆਸਾਨ ਹੀ ਆ, ਉਹ ਬਸ ਇੱਥੇ ਬਣਿਆ ਹੋਇਆ, ਇੱਥੇ ਬਣਿਆ ਹੋਇਆ, ਵੈਸੇ ਕੋਈ ਪ੍ਰੋਬਲਮ ਨਹੀਂ ਆ ਕਿਸੇ ਨੂੰ ਕਿਸੇ ਨਾਲ। ਇਹ ਬਸ ਉਹ ਜਿਹੜਾ ਹੁੰਦਾ ਨਾ ਵੀ ਕਿੱਲੇ ਨਾਲ ਆਪਾਂ ਬੰਨੇ ਹੋਇਆ ਵੀ ਉਹ ਬਣਾਇਆ ਹੋਇਆ ਕਿ ਹੈ ਨਾ, ਉਹੀ ਆ ਬਸ ਇਹ। ਉਸ ਤੋਂ ਅੱਗੇ ਪਿੱਛੇ ਕੋਈ ਹੋਰ ਗੱਲ ਨਹੀਂ ਆ, ਅਤੇ ਕੋਈ ਡਿਫੀਕਲਟ ਆਸਾਨ ਵਾਲਾ, ਜਿੱਦਾਂ ਮਤਲਬ ਕੋਈ ਵੀ ਆਰਟਿਸਟ ਨਾਲ ਸਾਨੂੰ ਕੰਮ ਕਰਦੇ ਲੱਗੂਗਾ, ਚਾਹੇ ਇੱਥੇ ਦੇ ਚਾਹੇ ਉੱਥੇ ਦੇ, ਸੇਮ ਫੀਲਿੰਗ, ਕੋਈ ਫੀਲਿੰਗ ਡਿਫਰੈਂਟ ਹੈਗੀ ਨਹੀਂ ਸੀ ਬੇਸਿਕਲੀ। ਬਸ ਇਹ ਜ਼ਰੂਰ ਸੀ ਕਿ ਹੋਰ ਚੰਗਾ ਲੱਗਿਆ, ਚੰਗਾ ਲੱਗਿਆ, ਬਹੁਤ ਚੰਗਾ ਲੱਗਿਆ, ਕਿਉਂਕਿ ਉਹਨਾਂ ਦੀ ਇਹ ਸਪੈਸ਼ੈਲਿਟੀ ਆ ਕਿ ਉਹਨਾਂ ਦੀ ਬੋਲੀ ਸਾਡੇ ਤੋਂ ਵੀ ਪਿਓਰ ਆ, ਉਹਨਾਂ ਦੀ ਜਿਹੜੀ ਪੰਜਾਬੀ ਆ ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਸਾਂਭ ਕੇ ਰੱਖੀ ਹੋਈ ਆ, ਅਤੇ ਬਿਊਟੀਫੁੱਲ ਲੈਂਗੁਏਜ, ਅਤੇ ਇੰਨੇ ਵਧੀਆ ਲੋਕ, ਅਤੇ ਇੰਨੇ ਮਜ਼ਾਕੀਆ ਲੋਕ, ਬਹੁਤ ਜ਼ਿਆਦਾ ਫਨੀ, ਮਤਲਬ ਢਿੱਡ ਪੀੜ ਹੋਣ ਲੱਗ ਜਾਂਦਾ ਸੀ ਜਦੋਂ ਵੀ ਮੈਂ ਉਹਨਾਂ ਦੇ ਆਲੇ ਦੁਆਲੇ ਹੁੰਦੀ ਸੀ।